Singh, son of Sardar Bishan Singh, Vasi, Guru Arjan Dev Nagar, near Khalsa College, Amritsar, ਦਾ ਰਹਿਣ ਵਾਲਾ ਹਾਂ। ਜਦ ਵੀ ਮੈਂ ਚੱਲਦਾ ਸਾਂ ਤਾਂ ਮੈਨੂੰ ਚੱਕਰ ਆਉਣ ਦੀ ਸਮੱਸਿਆ ਸੀ, ਤਾਂ ਮੈਂ ਅਮਨਦੀਪ ਮੈਡੀਸਿਟੀ ਦੇ ਬਾਰੇ ਸੁਣਿਆ ਹੋਇਆ ਸੀ ਕਿ ਇੱਥੇ ਹਾਰਟ ਨਾਲ ਮੁਤਲਕਾ ਬੜੇ ਕਾਬਲ ਡਾਕਟਰ ਹਨ, ਤਾਂ ਮੈਂ ਇੱਥੇ ਡਾਕਟਰ ਯਾਦਵਿੰਦਰ ਸਿੰਘ ਜੀ ਦੇ ਨਾਲ ਆ ਕੇ ਆਪਣਾ ਚੈੱਕਅਪ ਕਰਵਾਇਆ, ਤਾਂ ਉਹਨਾਂ ਨੇ ਮੈਨੂੰ ਮੇਰੇ ਥਾਰੋ ਚੈੱਕਅਪ ਕਰਕੇ ਸਾਰੇ ਟੈਸਟ ਵਗੈਰਾ ਕਰਕੇ ਅਤੇ ਮੈਨੂੰ ਉਹਨਾਂ ਨੇ ਪੇਸਮੇਕਰ ਇਮਪਲਾਂਟ ਦੀ ਸੁਜੈਸ਼ਨ ਦਿੱਤੀ, ਅਤੇ ਮੈਂ ਅਮਨਦੀਪ ਮੈਡੀਸਿਟੀ ਦੇ ਉੱਤੇ ਭਰੋਸਾ ਕਰਦਿਆਂ ਹੋਇਆਂ ਆਪਣਾ ਇੱਥੇ ਇਹਨਾਂ ਕੋਲ ਇਹ ਉਹਨਾਂ ਨੂੰ ਆਪਣੀ ਇਮਪਲਾਂਟ ਕਰਨ ਦੇ ਵਾਸਤੇ ਹਾਂ ਦਿੱਤੀ ਵੀ ਹਾਂ ਤੁਸੀਂ ਕਰੋ। ਉਹਨਾਂ ਨੇ ਮੈਨੂੰ ਫੌਰਨ ਐਡਮਿਟ ਕਰ ਲਿਆ। ਐਡਮਿਟ ਹੋਣ ਤੋਂ ਬਾਅਦ ਉਹਨਾਂ ਨੇ ਮੈਨੂੰ CCU ਵਾਰਡ ਦੇ ਵਿੱਚ ਰੱਖਿਆ, ਅਤੇ ਉਸ ਤੋਂ ਬਾਅਦ ਮੇਰੇ ਜਿਹੜੇ ਮੁੱਢਲੇ ਪ੍ਰੋਸੀਜਰ ਸੀਗੇ ਉਹ ਕੀਤੇ ਗਏ, ਅਤੇ ਮੈਨੂੰ ਨੈਕਸਟ ਡੇ ਉਹਨਾਂ ਨੇ ਮੇਰਾ ਪੇਸਮੇਕਰ ਇਮਪਲਾਂਟ ਕਰ ਦਿੱਤਾ, ਜੋ ਕਿ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ। ਮੈਨੂੰ ਆਪਰੇਸ਼ਨ ਦੌਰਾਨ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਈ, ਕੋਈ ਨਾ ਕੋਈ ਜ਼ਿਆਦਾ ਦਰਦ ਵਗੈਰਾ ਮਹਿਸੂਸ ਹੋਈ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਮਪਲਾਂਟ ਜੋ ਸੀਗਾ ਉਹ ਨੇਪਰੇ ਚਾੜਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ CCU ਦੇ ਵਿੱਚ ਰੱਖਿਆ ਗਿਆ, ਅਤੇ ਉਸ ਤੋਂ ਬਾਅਦ ਨੈਕਸਟ ਡੇ ਮੈਨੂੰ ਰੂਮ ਦੇ ਵਿੱਚ ਸ਼ਿਫਟ ਕਰਤਾ, ਅਤੇ ਉਸ ਤੋਂ ਮੈਂ ਉਸ ਤੋਂ ਬਾਅਦ ਮੈਂ ਰੂਮ ਦੇ ਵਿੱਚ ਉਹਨਾਂ ਨੇ ਮੈਨੂੰ ਵਾਕ ਕਰਨ ਦੀ ਥੋੜ੍ਹੀ ਸੁਜੈਸ਼ਨ ਦਿੱਤੀ, ਅਤੇ ਮੈਂ ਤੁਰ ਫਿਰ ਕੇ ਵੀ ਵੇਖਿਆ, ਅਤੇ ਮੈਂ ਅੱਗੇ ਨਾਲੋਂ ਬਹੁਤ ਬੈਟਰ ਮਹਿਸੂਸ ਕੀਤਾ, ਅਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇੱਕ ਬੜੇ ਕਾਬਲ ਹੱਥਾਂ ਦੇ ਵਿੱਚੋਂ ਮੇਰਾ ਜਿਹੜਾ ਇਹ ਇਲਾਜ ਹੋਇਆ ਹੈ। ਡਾਕਟਰ ਯਾਦਵਿੰਦਰ ਸਿੰਘ ਜੀ ਨੂੰ ਇਹ ਸਾਰਾ ਕ੍ਰੈਡਿਟ ਜਾਂਦਾ, ਅਮਨਦੀਪ ਮੈਡੀਸਿਟੀ ਜਿਸ 'ਤੇ ਸਾਡਾ ਪਹਿਲਾਂ ਹੀ ਬੜਾ ਵੱਡਾ ਭਰੋਸਾ ਹੈ, ਉਹਨਾਂ ਦੇ ਇਸ ਇਲਾਜ ਤੋਂ ਮੈਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ, ਅਤੇ ਅੱਜ ਮੈਂ ਬੜਾ ਖੁਸ਼ ਹਾਂ, ਖੁਸ਼ ਹੋ ਕੇ ਮੈਂ ਆਪਣੇ ਘਰ ਅੱਜ ਡਿਸਚਾਰਜ ਹੋ ਕੇ ਜਾ ਰਿਹਾ ਹਾਂ।